ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ। ਅੱਜ ਪਿੰਡ ਤਰਾਂਗਵਾਲਾ ਵਿਖੇ ਝੋਨੇ ਦੀ ਸਿੱਧੀ ਬਜਾਂਦ ਕਰਦੇ ਹੋਏ ਪਿੰਡ ਦੇ ਮੁਖੀ ਸਾਡੇ ਸਰਪੰਚ ਸਾਹਿਬ ਸੁਖਪ੍ਰੀਤ ਸਿੰਘ ਜੀ ਰੰਧਾਵਾ, ਨਾਲ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਰੰਧਾਵਾ ਅਤੇ ਪੰਜਾਬ ਖੇਤੀਬਾੜੀ ਵਿਭਾਗ ਤੋਂ ਆਏ ਹੋਏ ਇੰਜੀਨੀਅਰ ਵਿਭਾਗ ਦੇ ਹੈੱਡ ਕਮਲ ਜੀ ਗੋਇਲ ਅੱਜ ਤਰਾਂਗਵਾਲਾ ਵਿਖੇ ਪਹੁੰਚੇ ਹਨ। ਪੰਜਾਬ ਸਰਕਾਰ ਦਾ ਇੱਕ ਨਾਰਾ ਵੀ ਹੈ ਕਿ ਸਿੱਧੀ ਬਜਾਂਦ ਕਰਨ ਦੇ ਨਾਲ ਪੰਜਾਬ ਧਰਤੀ ਅਤੇ ਪਾਣੀ ਦੋਨੇ ਬਚਦੇ ਹੈ, ਜਿਸ ਦੇ ਵਿੱਚ ਅੱਜ ਪਿੰਡ ਤਰਾਂਗਵਾਲਾ ਚਮੂਰੀ ਬਣੇ ਹਨ ਪਿੰਡ ਦੇ ਸਰਪੰਚ ਸਰਦਾਰ ਸੁਖਪ੍ਰੀਤ ਸਿੰਘ ਜੀ ਰੰਧਾਵਾ ਅਤੇ ਉਹਨਾਂ ਨੂੰ ਗਾਈਡ ਕਰਨ ਵਾਸਤੇ ਆਏ ਹੋਏ ਹਨ ਇੰਜੀਨੀਅਰ ਵਿਭਾਗ ਦੇ ਤੋਂ ਕਮਲ ਜੀ ਗੋਇਲ। ਉਹ ਉਹਨਾਂ ਨੂੰ ਇਸ ਬਜਾਂਦ ਦੀਆਂ ਬਰੀਕੀਆਂ ਦੱਸਦੇ ਹੋਏ ਅਤੇ ਇਹਨਾਂ ਬਾਰੇ ਦੱਸਦੇ ਹੋਏ ਵੀ ਮਸ਼ੀਨ ਦੇ ਨਾਲ ਕਿੰਨੀ ਤੁਸੀਂ ਡੰਗਾਈ ਨਾਲ ਲਾਉਣਾ ਅਤੇ ਕੀ ਇਸ ਦੇ ਉੱਪਰ ਤੁਸੀਂ ਪੈਸਟੀਸਾਈਡ ਹਰਬੀਸਾਈਡ ਕਰਨੇ ਹਨ, ਸੋਰੀ ਮੈਂ ਪੈਸਟੀਸਾਈਡ ਬੋਲ ਗਿਆ, ਹਰਬੀਸਾਈਡ ਕਰਨੇ ਹਨ। ਅਤੇ ਸੁਖਪ੍ਰੀਤ ਜੀ ਆਪਦੇ ਇਸ ਪਿੰਡ ਨੂੰ ਮੋਹਰੀ ਬਣਾਉਂਦਿਆਂ ਹੋਇਆਂ ਸਾਰੇ ਏਰੀਏ ਨੂੰ ਇਹ ਇੱਕ ਅਪੀਲ ਕਰਦੇ ਹਨ ਕਿ ਤੁਸੀਂ ਸਿੱਧੀ ਬਜਾਂਦ ਕਰੋ, ਪਾਣੀ ਬਚਾਓ, ਪੰਜਾਬ ਬਚਾਓ। ਮੁੱਖ ਮੰਤਰੀ ਜੀ ਦੇ ਨਾਅਰੇ ਦੇ ਉੱਤੇ ਇੱਕ ਪੂਰਾ ਪਹਿਰਾ ਦਿੰਦੇ ਹੋਏ ਸਾਰੇ ਪਿੰਡ ਨੂੰ ਅਤੇ ਨਾਲ ਦੇ ਪਿੰਡ ਵਾਸੀਆਂ ਨੂੰ ਇਸ ਬਾਰੇ ਸੇਧ ਦੇ ਰਹੇ ਹਨ, ਜਿਸ ਦੇ ਵਿੱਚ ਕਮਲ ਜੀ ਗੋਇਲ ਜੀ ਆਪਣੇ ਥੋੜ੍ਹੇ ਜਿਹੇ ਦੋ ਵਿਚਾਰ ਪੇਸ਼ ਕਰਨਗੇ। ਕਮਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ। ਆਪ ਜੀ ਨੂੰ ਬੇਨਤੀ ਹੈ ਕਿ ਇਸ ਸਾਲ ਜਿਵੇਂ ਕਿ CM ਮਾਨ ਸਾਹਿਬ ਨੇ ਆਪਣੇ ਪੰਜਾਬ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਇੱਕ ਨਾਰਾ ਕੀਤਾ ਹੈ ਤਾਂ ਜੋ ਆਪਾਂ ਜ਼ਮੀਨ ਦਾ ਜਿਹੜਾ ਆਪਣਾ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈਗਾ ਉਹਨੂੰ ਬਚਾ ਸਕੀਏ। ਅਤੇ ਆਪਾਂ ਸਾਰਿਆਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ। ਜੇ ਕਿਸੇ ਕਿਸਾਨ ਵੀਰ ਕੋਲ 10 ਕਿੱਲੇ ਜ਼ਮੀਨ ਹੈ ਤਾਂ ਉਸ ਨੂੰ ਘੱਟੋ ਘੱਟ 2 ਕਿੱਲੇ ਤਜਰਬਾ ਸਿੱਧੀ ਬਿਜਾਈ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਆਪਾਂ CM ਸਾਹਿਬ ਦੇ ਜਿਹੜੇ ਨਾਰਾ ਹੈਗਾ ਜਿਵੇਂ ਆਪਾਂ ਪਾਣੀ ਦੀ ਬਚਤ ਕਰੀਏ ਹੋਰ ਹੈ ਤਾਂ ਇਸ ਨੂੰ ਆਪਾਂ ਅੱਗੇ ਲਹਿਬੰਦ ਕਰ ਸਕੀਏ ਅਤੇ ਕਿਸਾਨਾਂ ਦੇ ਵਿੱਚ ਇਸ ਨੂੰ ਹੋਰ ਪ੍ਰੋਤਸਾਹਿਤ ਕਰ ਸਕੀਏ। ਅਤੇ ਆਹ ਆਪਣੇ ਜਿਹੜੇ ਸਰਪੰਚ ਸਾਹਿਬ ਜੀ ਹੈਗੇ ਆ ਤਾਜਾ ਪੱਟੀ ਦੇ ਸਿੰਘ ਰੰਧਾਵਾ ਜੀ ਤਰਾਂਗਵਾਲਾ ਸਰ ਤਰਾਂਗਵਾਲਾ ਹਾਂਜੀ ਤੋਂ ਜੀ ਆਪਣੇ ਅੱਜ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹੈਗੇ ਹਨ DSR ਮਸ਼ੀਨ ਦੇ ਰਾਹੀਂ। ਇਹਦੇ ਵਿੱਚ ਇਹਨਾਂ ਨੇ DSR ਮਸ਼ੀਨ ਨੂੰ ਜਿਵੇਂ ਬਿਜਾਈ ਕਰ ਰਹੇ ਹੈਗੇ ਇਹਦੇ 'ਚ 20 ਸੈਂਟੀਮੀਟਰ ਦਾ ਫਾਸਲਾ ਅਤੇ 1.5 ਤੋਂ 1.25 ਇੰਚ ਦਾ ਜਿਹੜਾ ਇਹਦੇ 'ਚ ਡੈਪਥ ਹੈ ਡੰਗਾਈ ਹੈ ਬੀਜ ਦੀ। ਅਤੇ ਇਸ ਦੇ ਰਾਹੀਂ ਆਪਾਂ ਇੱਕ ਸਰਪੰਚ ਸਾਹਿਬ ਪੂਰੇ ਪਿੰਡ ਨੂੰ ਉਤਸ਼ਾਹਿਤ ਕਰ ਰਹੇ ਹੈਗੇ ਹਨ ਕਿ ਇਹਨਾਂ ਨੇ ਪਹਿਲਾਂ ਆਪਦੇ ਖੇਤ ਦੇ ਵਿੱਚ ਬਿਜਾਈ ਕੀਤੀ ਹੈ ਅਤੇ ਹੋਰ ਕਿਸਾਨਾਂ ਨੂੰ ਵੀ ਪ੍ਰੋਤਸਾਹਿਤ ਕਰ ਰਹੇ ਹਨ। ਅਤੇ ਆਪਾਂ ਸਰਪੰਚ ਸਾਹਿਬ ਦੇ ਬਹੁਤ ਹੀ ਧੰਨਵਾਦੀ ਹੈਗੇ ਹਾਂ ਜੀ। ਧੰਨਵਾਦ।